ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ 'ਤੇ। ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ। ਲਓ ਜੀ ਵੀਰੋ, ਅੱਜ ਵੇ 29 ਮਈ ਅਤੇ 2024 ਦੀ। ਲਓ ਜੀ ਵੀਰੋ, ਅੱਜ ਦੇ ਦਿਨ 87 ਨਿਊ ਨੋਲਾਓਸ ਦਾ ਇਸ਼ੂ ਹੋਏ ਨੇ। ਅੱਜ ਦੇ ਦਿਨ ਹੀ 87 ਨਿਊ ਨੋਲਾਓਸ ਦਾ ਜਿਹੜੇ ਮੇਰੇ ਕੋਲ ਆਏ ਨੇ ਸੋਸ਼ਲ ਮੀਡੀਆ ਦੇ ਉੱਤੇ ਅਤੇ ਬਾਕੀ ਵੀਰਾਂ ਨੇ ਜਿਹੜੀਆਂ ਰਿਪੋਰਟਾਂ ਦੱਸੀਆਂ ਨੇ ਉਹਨਾਂ ਦੇ ਥਰੂ ਵੇਖਿਆ ਜਾਏ ਤਾਂ ਕਨਫਰਮ ਓਥੈਂਟਿਕ ਅਤੇ ਓਰਿਜਿਨਲ ਜਿਹੜੇ ਨੇ ਉਹ 87 ਨਵੇਂ ਨਿਊ ਨੋਲਾਓਸ ਦਾ ਆਪਣੇ ਪਾਕਿਸਤਾਨੀ ਇੰਡੀਅਨ ਵੀਰਾਂ ਦੇ ਸੀਜ਼ਨਲ ਵੀ ਅਤੇ ਨੋਨ ਸੀਜ਼ਨਲ ਵੀ ਨੋਲਾਓਸ ਦਾ ਇਸ਼ੂ ਹੋਏ ਨੇ। ਇਹ ਗੱਲ ਹੋ ਗਈ। ਦੂਜੇ ਨੰਬਰ 'ਤੇ ਮੈਂ ਲਾਸਟ ਵੀਕ ਇੱਕ ਵੀਡੀਓ ਇਸੇ ਚੈਨਲ ਟੀਚ ਵੀਜ਼ਾ ਪੰਜਾਬੀ 'ਤੇ ਅਪਲੋਡ ਕੀਤੀ ਸੀ। ਉਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਨ੍ਹਾਂ ਵੀਰਾਂ ਦਾ ਸੀਜ਼ਨਲ ਪੇਪਰ ਵੇ ਹਜੇ ਤੱਕ ਇਸ਼ੂ ਨਹੀਂ ਹੋਇਆ, ਉਹਨਾਂ ਦੀ ਟਾਈਮਿੰਗ 9:05 ਤੋਂ ਥੱਲੇ ਵੇ ਅਤੇ ਉਹਨਾਂ ਦੇ ਹੀ ਪੇਪਰ ਨਿਕਲਣੇ ਨੇ ਬਸ। ਅਤੇ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਵੇ ਜਿਨ੍ਹਾਂ ਵੀਰਾਂ ਦੀ ਟਾਈਮਿੰਗ 9:04, 3 ਮਿੰਟ, 1 ਮਿੰਟ ਜਾਂ ਫਿਰ ਕੁਛਾਂ ਸੈਂਕਿੰਡਾਂ ਦੇ ਵਿੱਚ ਉਹਨਾਂ ਦੇ ਪੇਪਰ ਹੀ ਇਸ਼ੂ ਹੋਏ ਨੇ। ਔਰ ਕਿਸੇ ਵੀ ਵੀਰ ਦੇ ਪੇਪਰ ਇਸ਼ੂ ਬਿਲਕੁਲ ਵੀ ਨਹੀਂ ਹੋਏ ਹੈ। ਇਹ ਕਲੀਅਰ ਗੱਲ ਏ, ਕਨਫਰਮ ਗੱਲ ਏ, ਇਹਦੇ ਵਿੱਚ ਕੋਈ ਵੀ 2 ਨੰਬਰੀ ਵਾਲੀ ਗੱਲ ਨਹੀਂ ਹੈ। ਬਾਕੀ ਰਹੀ ਗੱਲ 87 ਨੋਲਾਓਸ ਦਾ ਜਿਹੜੇ ਨੇ, ਇਹਨਾਂ 87 ਨੋਲਾਓਸ ਦਾ ਦੇ ਵਿੱਚ ਕਨਫਰਮ ਨੇ ਸੀਜ਼ਨਲ ਵੀ, ਕਨਫਰਮ ਨੇ ਨਾਨ ਸੀਜ਼ਨਲ ਵੀ, 9 ਮਹੀਨਿਆਂ ਵਾਲੇ ਵੀ, 1 ਸਾਲ ਵਾਲੇ ਵੀ, ਅਤੇ ਉਸ ਤੋਂ ਬਾਅਦ ਕਨਫਰਮ ਨਹੀਂ 3-4 ਨੋਲਾਓਸ ਦਾ ਜਿਹੜੇ ਨੇ ਉਹ ਫੈਮਿਲੀ ਨੋਲਾਓਸ ਦਾ ਨੇ 2022 ਵਾਲੇ। ਇਹ ਗੱਲ ਕਨਫਰਮ ਹੋ ਗਈ। ਕਿਸੇ ਵੀਰ ਦਾ ਕੋਈ ਵੀ ਸਵਾਲ ਏ ਥੱਲੇ ਕਮੈਂਟ ਕਰੇ, ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਏ। ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਏ ਉਹ ਸਭ ਨਾਲੋਂ ਪਹਿਲਾਂ ਇੰਸਟਾਗ੍ਰਾਮ 'ਤੇ ਆਉਂਦੀ ਏ, ਅਤੇ ਇੰਸਟਾਗ੍ਰਾਮ 'ਤੇ ਜ਼ਰੂਰ ਹਰ ਇੱਕ ਵੀਰ ਭਰਾ ਜਿਹੜਾ ਉਹ ਫੋਲੋ ਕਰ ਲਵੇ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਤੇ। ਰੱਬ ਰਾਖਾ।